ਅੱਜ ਕੱਲ ਇੱਕ ਚਰਚਾ ਬੜੀ ਚੱਲਦੀ ਹੈ ਆਸਟ੍ਰੇਲੀਆ ਬਹੁਤ ਵਧੀਆ ਕਮਾਈ ਬੜੀ ਹੁੰਦੀ ਹੈ ਕਿਹੜਾ ਕੰਮ ਆਸਟ੍ਰੇਲੀਆ ਚ ਇਦਾਂ ਦਾ ਹੈ ਜਿੱਥੇ 15-20 ਲੱਖ ਰੁਪਏ ਮਹੀਨੇ ਦਾ ਮਿਲ ਜਾਂਦਾ ਕਿ ਮੈਨੂੰ ਸਮਝਾ ਦਿਓ ਯਾਨੀ ਮੈਂ ਤਾਂ ਹਾਲ ਪੈਂਦੇ ਮੇਰੇ ਜੇ ਬਰਦਾ ਤਾਂ ਮੈਨੂੰ ਵੀ ਦੱਸ ਦਿਓ ਮੈਂ ਵੀ ਮਹੀਨਾ ਤੋਂ ਲੱਲਾ ਉੱਤੇ ਆਸਟ੍ਰੇਲੀਆ ਦੇ ਵਿੱਚ ਜਦੋਂ ਟਰੱਕ ਜਿਹੜੇ ਚਲਾਉਣਾ ਚਾਹੁੰਦੇ ਆ ਜਾਂ ਜਿਹੜੇ ਚਲਾ ਰਹੇ ਨੇ ਉਹਨਾਂ ਦੇ ਲਈ ਸਾਵਧਾਨੀਆਂ ਦੀ ਵੀ ਲੋੜ ਹੁੰਦੀ ਐ ਇਦਾਂ ਦੀ ਸਮੱਸਿਆ ਆਉਂਦੀ ਹੈ ਲਾਇਸੈਂਸ ਬਣਾਉਣਾ ਕਿੰਨਾ ਕੌਖਾ ਪਾਰਤ ਤੋਂ ਜਿਹੜਾ ਬੰਦਾ ਜਾਂਦਾ ਕਈ ਵਾਰੀ ਸਾਨੂੰ ਹੁੰਦਾ ਕਿ ਆਪਾਂ ਤਾਂ ਫਟੇ ਚੱਕ ਦਿਆਂਗੇ ਇੱਥੇ ਕਰ ਦੜਾਈ ਫਰੀਦੀ ਐ ਜਿਹੜਾ ਬੱਚਾ ਪੜ੍ਹਾਈ ਕਰਦਾ ਮਿਹਨਤ ਕਰਦਾ ਕਾਨੂੰਨ 'ਚ ਰਹਿੰਦਾ ਤਰੱਕੀ ਕਰਨ ਦਾ ਮੌਕਾ ਉਹ ਦੇਸ਼ ਦਿੰਦੇ ਆ ਸੋਖਾ ਕੁਝ ਨਹੀਂ ਹੈਗਾ ਮਿਹਨਤ ਕਰਨੀ ਪਊਗੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪ੍ਰਾਈਮੇਸ਼ਾ ਟੀਵੀ ਮੈਂ ਪਰਮਜੀਤ ਸਿੰਘ ਬਾਠ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਰਿਵਰਸ ਮਾਈਗ੍ਰੇਸ਼ਨ ਦਾ ਇੱਕ ਪਾਸੇ ਚਰਚਾ ਚੱਲਦਾ ਕਿ ਪੰਜਾਬ ਤੋਂ ਬਾਹਰ ਜਿਹੜੇ ਸੱਜਣ ਗਏ ਨੇ ਸਰਕਾਰ ਹਾਕਾ ਮਾਰਦੀ ਆ ਕਿ ਪੰਜਾਬ ਵਾਪਸ ਆਓ ਤੇ ਪੰਜਾਬ ਵਾਪਸ ਕੌਣ ਪੱਕੇ ਤੌਰ ਤੇ ਆ ਸਕਦਾ ਕੌਣ ਨਹੀਂ ਇਹ ਬੰਦੇ ਦੇ ਉੱਤੇ ਨਿਰਭਰ ਕਰਦਾ ਕਿਉਂਕਿ ਅਜੇ ਤੱਕ ਸਥਿਤੀਆਂ ਉਨੀਆਂ ਸੁਖਾਵੀਆਂ ਬਹੁਤੇ ਪ੍ਰਵਾਸੀਆਂ ਨੂੰ ਲੱਗਦੀਆਂ ਨਹੀਂ ਕਿ ਭਾਈ ਆਪਾਂ ਡੰਡਾ ਡੋਰੀ ਚੱਕ ਕੇ ਵਿਦੇਸ਼ ਤੋਂ ਪੰਜਾਬ ਜਿਹੜਾ ਵਾਪਸ ਆ ਜੀਏ ਕਦੇ ਇਦਾਂ ਦਾ ਮਾਹੌਲ ਬਣੇ ਅਸੀਂ ਆਸ ਤੇ ਅਰਦਾਸ ਕਰਦੇ ਆਂ ਪਰ ਅਜੇ ਤੱਕ ਪੰਜਾਬ ਦੇ ਵਿੱਚੋਂ ਬਹੁਤ ਸਾਰੇ ਸੱਜਣ ਪਾਸਪੋਰਟ ਬਣਾ ਕੇ ਅਲਸ ਕਰਕੇ ਜਾਂ ਵਰਕ ਪਰਮਿਟ ਦਾ ਕੋਈ ਨਾ ਕੋਈ ਜਗਾੜ ਕਰਕੇ ਵਿਦੇਸ਼ਾਂ ਦੇ ਵਿੱਚ ਜਾਣ ਦੀ ਚਾਹਤ ਰੱਖਦੇ ਆ ਤੇ ਵਿਦੇਸ਼ਾਂ ਦੇ ਵਿੱਚ ਜਦੋਂ ਅਸੀਂ ਜਾਣਾ ਜਾਂ ਉੱਥੇ ਰਹਿਣਾ ਬਹੁਤ ਸਾਰੀਆਂ ਸਮੱਸਿਆਵਾਂ ਆਉਂਦੀਆਂ ਕਦੇ ਰੈਸੈਸ਼ਨ ਆ ਗਿਆ ਆਰਥਿਕ ਤੌਰ ਤੇ ਮੰਦੀ ਆ ਗਈ ਕਦੇ ਕੰਮ ਘਟ ਗਏ ਕਦੇ ਵੱਧ ਗਏ ਕਦੇ ਸਾਨੂੰ ਇਹ ਚਰਚਾ ਸੁਣਨ ਨੂੰ ਮਿਲਦੀ ਆ ਕਿ ਆਸਟ੍ਰੇਲੀਆ ਵਾਲੇ ਨੇ ਵੀਜ਼ੇ ਘਟਾ ਦਿੱਤੇ ਕਦੇ ਕੈਨੇਡਾ ਵਾਲੇ ਨੇ ਘਟਾ ਦਿੱਤੇ ਕਦੇ ਫੀਸਾਂ ਵਧਾ ਦਿੱਤੀਆਂ ਬਹੁਤ ਕੁਝ ਹੈ ਸਾਡੀ ਤਿਆਰੀ ਜ਼ਰੂਰ ਹੋਣੀ ਚਾਹੀਦੀ ਹੈ ਜੇ ਅਸੀਂ ਜਾਣਾ ਹੀ ਹੈ ਜੇ ਅਸੀਂ ਅੱਕ ਚੱਪਣਾ ਹੀ ਹੈ ਚਾਹੇ ਮਜਬੂਰੀਆਂ ਦੇ ਕਰਕੇ ਚਾਹੇ ਸ਼ੌਕ ਦੇ ਕਰਕੇ ਤਾਂ ਬਹੁਤ ਸਾਰੀਆਂ ਛੋਟੀਆਂ-ਛੋਟੀਆਂ ਗੱਲਾਂ ਹੁੰਦੀਆਂ ਜਿੱਦërਲੇ ਪਾਸੇ ਧਿਆਨ ਰੱਖਣਾ ਜਿਹੜਾ ਬੜਾ ਜ਼ਰੂਰੀ ਹੁੰਦਾ ਅੱਜ ਆਸਟ੍ਰੇਲੀਆ ਦੇ ਬਾਰੇ ਚਰਚਾ ਕਰਨੀ ਹੈ ਅਸੀਂ ਨਵਜੋਤ ਸਿੰਘ ਕੈਲੇ ਸਾਹਿਬ ਦੇ ਨਾਲ ਚਰਚਾ ਕਰਦੇ ਹੁੰਨੇ ਆ ਕਿ ਆਸਟ੍ਰੇਲੀਆ ਦੇ ਵਿੱਚ ਸਿਸਟਮ ਇਮੀਗ੍ਰੇਸ਼ਨ ਦਾ ਪ੍ਰੋਸੈਸ ਕਿਦਾਂ ਪ੍ਰਵਾਸ ਦੇ ਲਾਭ ਹਾਨੀਆਂ ਪ੍ਰਵਾਸ ਦੀਆਂ ਸਾਵਧਾਨੀਆਂ ਸਾਰਾ ਕੁਝ ਪਰ ਅੱਜ ਜਤਿੰਦਰ ਸਿੰਘ ਵਿਰਖ ਸਾਹਿਬ ਦੇ ਨਾਲ ਗੱਲਬਾਤ ਕਰਾਂਗੇ ਬ੍ਰਿਸਬਨ ਦੇ ਨੇੜੇ ਰਹਿੰਦੇ ਨੇ ਸ਼ਹਿਰ ਦਾ ਨਾਮ ਆਪਾਂ ਉਹਨਾਂ ਤੋਂ ਪੁੱਛਣਾ ਹੈ ਆਸਟ੍ਰੇਲੀਆ ਦੇ ਵਿੱਚ ਸਿੱਖ ਖੇਡਾਂ ਜਿਹੜੀਆਂ ਪਿਛਲੇ ਦਿਨਾਂ ਦੇ ਵਿੱਚ ਹੋਈਆਂ ਸੀ ਪਿਛਲੇ ਮਹੀਨਿਆਂ 'ਚ ਉੱਥੇ ਅਸੀਂ ਕਈ ਦਿਨ ਜਿਹੜੇ ਇਕੱਠਿਆਂ ਬਤਾਏ ਉੱਥੇ ਬਹੁਤ ਕੁਝ ਦੇਖਣ ਦਾ ਸਮਾਂ ਮਿਲਿਆ ਸਮਾਜ ਸੇਵਾ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਂਦੇ ਆ ਤੇ ਅੱਜਕੱਲ ਪੰਜਾਬ ਆਏ ਹੋਏ ਸੀ ਤੇ ਜਦੋਂ ਆਸਟ੍ਰੇਲੀਆ ਦੇ ਬਾਰੇ ਕਈ ਤਰ੍ਹਾਂ ਦੀਆਂ ਚਰਚਾਵਾਵਾਂ ਚੱਲਦੀਆਂ ਤੇ ਆਸਟ੍ਰੇਲੀਆ ਤੋਂ ਜਦੋਂ ਮਿੱਤਰ ਆਏ ਹੁਣ ਤਾਂ ਫਿਰ ਉਹਨਾਂ ਦੇ ਨਾਲ ਗੱਲਬਾਤ ਕਰਕੇ ਜ਼ਮੀਨੀ ਪੱਧਰ ਦੀ ਹਕੀਕਤ ਅਸੀਂ ਥੋੜੇ ਤੱਕ ਨਾ ਪਹਚਾਈਏ ਤਾਂ ਫਿਰ ਗੱਲਬਾਤ ਬਣਦੀ ਨਹੀਂ ਸੋ ਪ੍ਰਾਈਮੇਰੀਆ ਟੀਵੀ ਦੇ ਪਰਿਵਾਰ ਦੇ ਮੈਂਬਰਾਂ ਦੇ ਲਈ ਮੈਂ ਪਰਮਜੀਤ ਸਿੰਘ ਬਾਠ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਤੇ ਵਿਰਖ ਸਾਹਿਬ ਦੇ ਨਾਲ ਗੱਲਬਾਤ ਕਰਦੇ ਹਾਂ ਕੀ ਹਾਲ ਚਾਲ ਨੇ ਭਾਈ ਠੀਕ ਠਾਕ ਹੋ ਵਧੀਆ ਜੀ ਠੀਕ ਠਾਕ ਯਾਤਰਾ ਕਿਦਾਂ ਪੰਜਾਬ ਦੀ ਵਧੀਆ ਵੀਰੇ ਠੀਕ ਠਾਕ ਠੀਕ ਰਹੀ ਹਾਂਜੀ ਗੱਡੀ ਆਪ ਚਲਾਉਨੇ ਹੋ ਗੱਡੀ ਆਪ ਚਲਾਉਨੇ ਵੀਰੇ ਐ ਹਾਂਜੀ ਆਸਟ੍ਰੇਲੀਆ ਜਿਆਦਾ ਖੁਸ਼ ਹੁੰਦੇ ਆ ਕਿ ਪੰਜਾਬ ਚ ਜਦੋਂ ਤਾਂ ਆਏ ਸੀ ਵੀਰੇ ਹਾਂਜੀ ਉਦੋਂ 2-4 ਦਿਨ ਤੱਕ ਕਰਦੇ ਸੀ ਜਦੋਂ ਠੰਡ ਜੀ ਦੇਖੀ ਬਿਮਾਰ ਹੋਏ ਅੰਦਰ ਤੜੇ ਜੇ ਰੱਖੇ ਹੁਣ ਸੱਟ ਜੇ ਬੈਠ ਗਏ ਹੁਣ ਕਹਿੰਦੇ ਪਿੰਡੀ ਜਾਣਾ ਪਿੰਡੀ ਜਾਣਾ ਯਾਨੀ ਉਦਾਂ ਖੇਤ ਬੱਟਾਂ ਬੁੱਟਾਂ ਤੇ ਤੁਰੇ ਫਿਰੇ ਸਾਗ ਖਾਦਾ ਵਧੀਆ ਵਧੀਆ ਹਾਂਜੀ ਅੱਛਾ ਠੀਕ ਹੈ ਖੇਤਾਂ ਦੇ ਵਿੱਚ ਜੀ ਸਰੋਂ ਦੇ ਵਿੱਚ ਫਿਰਦੇ ਰਹੇ ਨਹੀਂ ਫਿਰਦੇ ਰਹੇ ਨੇ ਚਲੋ ਹੁਣ ਪੰਜਾਬ ਨਹੀਂ ਭੁੱਲਦਾ ਜਾਨੀ ਅੱਛਾ ਵਰਕ ਸਾਹਿਬ ਤੁਹਾਡਾ ਮੁਲਕ ਸੋਹਣਾ ਆ ਆਸਟ੍ਰੇਲੀਆ ਹਾਂਜੀ ਪੈਸੇ ਦਾ ਮੁਲਕ ਤੁਹਾਡਾ ਆਹਾ ਹੈ ਜਿੱਥੇ ਆਪਾਂ ਕੰਮ ਕਰਦੇ ਆ ਅਸਲ ਤਾ ਡਿਸਪਲਿਨ ਲੋਕਾਂ ਦੇ ਵਿੱਚ ਬਹੁਤ ਆ ਕੰਮ ਕਰਦੀਆਂ ਸੰਭਾਵਨਾਵਾਂ ਬਹੁਤ ਨੇ ਪਰ ਇੱਥੇ ਬੈਠੇ ਬੰਦੇ ਨੂੰ ਅਸਲੀ ਚੀਜ਼ਾਂ ਦਾ ਕਈ ਵਾਰੀ ਪਤਾ ਨਹੀਂ ਹੁੰਦਾ ਸਭ ਤੋਂ ਪਹਿਲਾਂ ਤਾਂ ਮੈਂ ਜਿਹੜੇ ਸਟੂਡੈਂਟ ਉੱਥੇ ਜਾਂਦੇ ਆ ਇੱਕ ਤਾਂ ਹੁਣ ਇਹ ਬੜਾ ਰੌਲਾ ਪਿਆ ਕਿ ਸਟੂਡੈਂਟਾਂ ਦੇ ਵੀਜ਼ੇ ਘਟਾ ਦੇਣੇ ਆ ਹਾਂਜੀ ਤੇ ਜਦੋਂ ਵੀਜ਼ੇ ਘਟਾ ਦੇਣੇ ਜਾਂ ਘਟ ਕਰ ਦੇਣੇ ਇਹਦੇ باوجود ਵੀ ਕੁਝ ਤਿਆਰੀਆਂ ਜਿਹੜੀਆਂ ਨੇ ਕਿਉਂਕਿ ਤੁਸੀਂ ਉੱਥੇ ਵਿਚ ਰਹੇ ਹੋ ਉੱਥੋਂ ਦੇ ਸਮਾਜ ਨੂੰ ਦੇਖਿਆ ਉੱਥੋਂ ਦੇ ਕਾਨੂੰਨ ਨੂੰ ਸਮਝਿਆ ਜਦੋਂ ਬੱਚੇ ਇੱਥੋਂ ਜਾਂਦੇ ਹੀ ਆ ਨਵੇਂ ਨਵੇਂ ਅਸੀਂ ਉਹਨਾਂ ਨੂੰ ਕਹਿੰਦੇ ਹੁੰਨੇ ਆ ਕਿ ਤੁਸੀਂ ਆਟਾ ਗੁੰਨਾ ਸਿੱਖ ਕੇ ਜਾਓ ਰੋਟੀ ਪਕਾਉਣੀ ਸਿੱਖ ਕੇ ਜਾਓ ਕੀ ਇਹ ਸਾਰੀਆਂ ਚੀਜ਼ਾਂ ਜ਼ਰੂਰੀ ਨੇ ਉੱਥੇ ਜਦੋਂ ਬੱਚੇ ਨੇ ਜਾਣਾ ਬਿਲਕੁਲ ਜ਼ਰੂਰੀ ਨਹੀਂ ਦੀ ਜ਼ਰੂਰੀ ਨਹੀਂ ਬਿਲਕੁਲ ਜ਼ਰੂਰੀ ਨਹੀਂ ਕਿਉਂ ਜ਼ਰੂਰੀ ਨਹੀਂ ਉੱਥੇ ਰੋਟੀ ਪੱਕੀ ਨਹੀਂ ਮਿਲਦੀ ਉਹ ਤਾਂ ਗਲੀ ਮਾਂ ਦੇ ਛਰਪੇ 'ਚ ਹੀ ਮਿਲਦੀ ਜੀ ਹੋਰ ਬਸ ਉਧਰ ਨਹੀਂ ਪੱਕੀ ਪਕਾਈ ਮਿਲਦੀ ਹਾਂ ਠੀਕ ਹੈ ਤੁਸੀਂ 버거 ਖਾ ਖਾ ਕੇ ਜਰਾ ਕਰਨਾ ਜੀ ਤੋਂ ਅੱਡ ਗੱਲ ਹੈ ਬਟ ਜਦੋਂ ਆਪਾਂ ਸਟਾਰਟ ਕਰਦੇ ਹਾਂ ਉੱਥੇ ਜਾ ਕੇ ਕੰਮ ਹਾਂਜੀ ਕਿ ਮੈਂ ਜਦੋਂ ਨਾਲ ਹੁਣ ਮੇਰੇ ਕੋਲ ਵੀ ਮਿੱਤਰ ਆਂਦੇ ਨੇ ਮੈਂ ਉਹਨਾਂ ਨੂੰ ਇਹ ਕਹਿਣਾ ਹੁੰਦਾ ਵੀ ਤੁਸੀਂ ਸਾਡੇ ਗੰਨੀ ਨਾ ਦੇਖੋ ਹਾਂ ਹਾਂ ਸਾਡੇ ਮਗਰ ਸਾਡੇ 10 12 ਸਾਲਾਂ ਦੀ ਮਿਹਨਤ ਹੈ ਜੀ ਜਦੋਂ ਅਸੀਂ ਆਏ ਸੀ ਜੀ ਅਸੀਂ ਵੀ ਰੈਸਟੋਰੈਂਟਾਂ ਤੇ ਭਾਂਡੇ ਮਾਂਜ ਕੇ ਸ਼ੁਰੂ ਕੀਤਾ ਹੋਇਆ ਕਰ ਠੀਕ ਹੈ ਜੀ ਤੇ ਹੁਣ ਜੀ ਆਪਾਂ ਰੈਸਟੋਰੈਂਟ ਦੇ ਕੰਮ ਕਰਦੇ ਹਾਂ ਉਤੋਂ 10 ਡਾਲਰ 11 ਡਾਲਰ ਘੰਟੇ ਦੇ ਮਿਲਦੇ ਹੁੰਦੇ ਸੀ ਜੀ ਉਦੋਂ ਉਦੋਂ ਜੀ ਤੇ ਉਦੋਂ ਜੀ ਆਪਾਂ ਇੱਕ 버ਗਰ ਲੈ ਲਿਆ ਤੇ ਸਮਝ ਲਓ ਇੱਕ ਘੰਟੇ ਦੀ ਕਮਾਈ ਗਈ ਅੱਛਾ ਇੱਕ 버ਗਰ ਨਾਲ 10 11 ਡਾਲਰ ਗਿਆ ਹਾਂ ਜੀ ਫਿਰ ਉਹ ਐ ਹੁੰਦਾ ਸੀ ਕਿ ਵੀ ਆਟਾ 10 ਰੁਪਏ ਚ 4-5 ਕਿਲੋ ਆ ਜਾਣੇ ਪੰਜ-ਛੇ ਦਿਨ ਟੱਪ ਜਾਣਗੇ ਹਫਤਾ ਲੰਘ ਜਾਊਗਾ ਹਾਂਜੀ ਵੀ ਪਣੀ ਸਟੋਰੀ ਦੱਸਦਾ ਤੁਹਾਨੂੰ ਮੇਰਾ ਬ੍ਰਦਰ ਇਨ ਲਾ ਆਇਆ ਜੀ ਤੇ ਅਸੀਂ ਟੈਕਸੀ ਚੱਕਣੀ ਸੀ ਉਹਨੂੰ ਛੱਡ ਕੇ ਘਰੇ ਹੂੰ ਹੂੰ ਉਹਨੂੰ ਕਹਤਾ ਸਬਜ਼ੀ ਬਣਾ ਦਿੰਗੀ ਜੀ ਪਹਿਲੇ ਦਿਨ ਹੀ ਪਹਿਲੇ ਦਿਨ ਹੀ ਆਉਂਦੇ ਹੀ ਸਵਾਗਤ ਕੀਤਾ ਹਾਂਜੀ ਉਹਨੇ ਫਰਦਿਤ ਮਰਮੁਰ ਕੇ ਹੱਥ ਉਹ ਤੋਂ ਕੀਰੇ ਕੱਢ ਲੇ ਹੂੰ ਹੂੰ ਉਹਨਾਂ ਲੱਗਿਆ ਵੀ ਇਹ ਤੋਰੀਆਂ ਨੇ ਅੱਛਾ ਜੀ ਚੱਕ ਕੇ ਗੀਰੇ ਨੂੰ ਤੜਕਾ ਲਾ ਕੇ ਉਹਦੀ ਸਬਜੀ ਉਹ ਨਾ ਤੀਂ ਕੀ ਆ ਬੱਸ ਇਹ ਅਸੀਂ ਆਏ ਪੁੱਛਿਆ ਕੀ ਬਣਾਇਆ ਕਹਿੰਦਾ ਤੋਰੀਆਂ ਬਣਾਈਆਂ ਖਾ ਕੇ ਸਾਰੇ ਪੀਓ ਲਿਆ ਹੋਣਾ ਉਹ ਲਿਆ ਹੋਣਾ ਬਾਅਦ ਚ ਪੁੱਛਣ ਲੱਗਾ ਤੋਰੀਆਂ ਬਣੀਆਂ ਦੀ ਤੋਰੀਆਂ ਲੈ ਕੇ ਕੌਣ ਆਇਆ ਸੀਗਾ ਫਿਰ ਪਤਾ ਲੱਗਾ ਵੀ ਤੋਰੀਆਂ ਤਾਂ ਹੈ ਹੀ ਨਹੀਂ ਸੀ ਗੀਰੇ ਨੂੰ ਤੜਕਾ ਲਾਤਾ ਅੱਛਾ ਇਹ ਵਰਕਸਾ ਮੈਨੂੰ ਇੱਕ ਚੀਜ਼ ਹੋਰ ਦੱਸਿਓ ਜਿਹੜਾ ਬੱਚਾ ਮੈਂ ਤੁਹਾਡੇ ਮੂੰਹੋਂ ਇਹ ਸਾਰੀਆਂ ਗੱਲਾਂ ਤਾਂ ਸੁਣਨਾ ਚਾਹੁੰਨਾ ਕਿਉਂਕਿ ਤੁਹਾਡਾ 10-12 ਸਾਲ ਦਾ ਤਜਰਬਾ ਹੋ ਗਿਆ ਤੁਸੀਂ ਹਰ ਫੇਜ਼ ਦੇ ਵਿੱਚੋਂ ਆਪ ਹੀ ਦੱਸ ਦਿੱਤਾ ਕਿ ਭਾਈ ਸ਼ੁਰੂ ਜਾ ਕੇ ਕੰਮ ਸਾਰੇ ਕਰਨੇ ਪੈਂਦੇ ਆ ਜਿਹੜਾ ਬੱਚਾ ਇਥੋਂ ਮਾੜਾ ਮੋਟਾ ਕੰਮ ਕਰਦਾ ਜਾਂਦਾ ਚਾਹੇ ਉਹ ਕਰਦਾ ਕੰਮ ਹੈ ਚਾਹੇ ਬਾਪੂ ਨਾਲ ਜਿਹੜਾ ਵੀ ਮੰਨ ਲਓ ਕਿਸੇ ਦਾ ਡੈਡੀ ਪਾਪਾ ਕਿਸੇ ਦਾ ਰਾਜ ਮਿਸਤਰੀ ਹੈ ਕਿਸੇ ਦਾ ਡੈਡੀ ਲੱਕੜ ਦਾ ਕੰਮ ਕਰਦਾ ਕੋਈ ਸੈਨੀਟਰੀ ਦਾ ਕੰਮ ਕਰਦਾ ਜੇ ਉਹ ਬੱਚਾ ਦੋ ਚਾਰ ਮਹੀਨੇ ਛੁੱਟੀਆਂ ਦੇ ਵਿੱਚ ਆਪਣੇ ਡੈਡੀ ਨਾਲ ਆਪਣੇ ਚਾਚੇ ਨਾਲ ਫੁੱਫੜ ਨਾਲ ਭੂਆ ਨਾਲ ਕਿ ਕੰਮ ਤੇ ਲਾ ਲੈਂਦਾ ਉਹਨੂੰ ਥੋੜੀ ਬਹੁਤ ਮੇਕ ਠੋਕਣੀ ਆਉਂਦੀ ਹੈ ਉਹਨੂੰ ਇੱਟਾਂ-ਉੱਟਾਂ ਸਿੱਧੀਆਂ ਕਰਨੀਆਂ ਆਉਂਦੀਆਂ ਉਹਨੂੰ ਪਤਾ ਕਿ ਕਾਂਡੀ ਕਿੱਦਾਂ ਫੜਨੀ ਆ ਉਹ ਥੋੜਾ ਜਿਹਾ ਸੌਖਾ ਰਹਿੰਦਾ ਜਾ ਕੇ ਉਬਰੇ ਕੰਮਕਾਰ ਚ ਵੀ ਸੌਖਾ ਰਹਿੰਦਾ ਉਹ ਪੀਅਰ ਲਈ ਵੀ ਸੌਖਾ ਰਹਿੰਦਾ ਹੈਗਾ ਆ ਦਵਾਰਾ ਦੱਸਿਓ ਦੋਨੀਆਂ ਚੀਜ਼ਾਂ ਕੰਮਕਾਰ ਚ ਵੀ ਸੌਖਾ ਪੀਅਰ ਲਈ ਵੀ ਸੌਖਾ ਰਹਿੰਦਾ ਉਹ ਕਿਵੇਂ ਜੀ ਕਿਉਂਕਿ ਅੱਜ ਜਦੋਂ ਆਪਾਂ ਵੀ ਇੱਥੇ ਸਟੱਡੀ ਕਰਦੇ ਆਂ ਸਟੱਡੀ ਆਪਣੀ ਜਿੰਨੀ ਵੀ ਹੈ ਉੱਥੇ ਸਕਿੱਲ ਦੀ ਹੁੰਦੀ ਹੈਗੀ ਠੀਕ ਹੈ ਕੋਈ ਡਿਪਲੋਮਾ ਕਰ ਰਹੇ ਕੁਕਿੰਗ ਦਾ ਕੋਈ ਡੀਜ਼ਲ ਮੈਕੈਨਿਕ ਦਾ ਕੋਈ ਪੈਂਟਰ ਵੀ ਆਪਣੇ ਅੱਜਕੱਲ ਬਹੁਤ ਕਰ ਰਹੇ ਨੇ ਹਮਮ ਐਂਡ ਆਫ ਦਿ ਡੇ ਜਦੋਂ ਉਹਨਾਂ ਦੀ ਸਕਿੱਲ ਅਸੈਸਮੈਂਟ ਹੁੰਦੀ ਹੈ ਉਹਨਾਂ ਨੇ ਉਹ ਕੰਮ ਕਰਕੇ ਦਿਖਾਣਾ ਉਹਨਾਂ ਨੂੰ ਅੱਛਾ ਕਰਕੇ ਉਹ ਦੇ ਕਹਿੰਦੇ ਆ ਵੀ ਕਾਂਡੀ ਚੱਕੋ ਭਾਈ ਠੀਕ ਹੈ ਜੀ ਉਹ ਜਦੋਂ ਸ਼ੈਫ ਦਾ ਵੀ ਹੁੰਦਾ ਨਾ ਉਹ ਆ ਕੇ ਰੈਸਟੋਰੈਂਟ ਦੇ ਵਿੱਚ ਬਕਾਇਦਾ ਦੇਖਦੇ ਨੇ ਵੀ ਕਿੰਨੇ ਟੈਂਪਰੇਚਰ ਦੇ ਉੱਤੇ ਚੀਜ਼ ਬਣ ਰਹੀ ਹੈ ਕਿੰਨੇ ਟੈਂਪਰੇਚਰ ਤੇ ਫ੍ਰੀਜ਼ ਕੀਤੀ ਹੈ ਤੇ ਜੇ ਉਹਨੂੰ ਕੰਬੀ ਛੇਤੀ ਮਿਲ ਜਾਂਦਾ ਕੰਬੀ ਛੇਤੀ ਮਿਲ ਜਾਂਦਾ ਜੀ ਕਿਉਂਕਿ ਹੈਂਡਵਰਕ ਵੀਰੇ ਜਿਹਦੇ ਕੋਲ ਸਕਿੱਲ ਹੈ ਜੀ ਸਕਿੱਲ ਨਾਲ ਹੀ ਤਾਂ ਕੰਮ ਮਿਲ ਹੀ ਜਾਣਾ ਕੰਮ ਮਿਲ ਹੀ ਜਾਣਾ ਮਿਲ ਹੀ ਜਾਣਾ ਬਿਲਕੁਲ ਠੀਕ ਹੈ ਜੀ ਸੋ ਇਸ ਗੱਲ ਦਾ ਬਹੁਤ ਚੰਗੇ ਤਰੀਕੇ ਚੇਤਾ ਰੱਖਣਾ ਕਿ ਜੇ ਤੁਸੀਂ ਚਾਹੋ ਨੇ ਹੋ ਜੇ ਤੁਹਾਡੀ ਤੁਹਾਡਾ ਇਰਾਦਾ ਬਣ ਗਿਆ ਅਸੀਂ ਨਹੀਂ ਤੁਹਾਨੂੰ ਕਹਿੰਨੇ ਕਿ ਪਾਈ ਬੱਚੇ ਨੂੰ ਜ਼ਰੂਰ ਭੇਜੋ ਪਰ ਜੇ ਤੁਸੀਂ ਬੱਚੇ ਨੂੰ ਭੇਜਣਾ ਜਦੋਂ 10ਵੀਂ ਦੀਆਂ ਛੁੱਟੀਆਂ ਹੁੰਦੀਆਂ ਤਿੰਨ ਚਾਰ ਮਹੀਨੇ ਨਿਆਣੇ ਵਿਲੇ ਹੁੰਦੇ ਆ ਗਰਮੀਆਂ ਦੇ ਵਿੱਚ ਉਦੋਂ ਇਹ ਨਾ ਦੇਖੋ ਕਿ ਨਿਆਣੇ ਨੂੰ ਕੋਲਰ ਮੋੜੇ ਬਿਠਾ ਰੱਖਣਾ ਏਸੀ ਮੋੜੇ ਬਿਠਾ ਰ ਤੇ ਜਦੋਂ ਜਾ ਕੇ ਉਹਨੇ ਵਿਦੇਸ਼ੀ ਧਰਤੀ ਦੇ ਉੱਤੇ ਜਾ ਕੇ ਕੰਮ ਕਰਨਾ ਤੇ ਉਹਨੂੰ ਫਿਰ ਕੰਮ ਵਾਲਾ ਮਾਲਕ ਵੀ ਕਹੇ ਕਿ ਨਹੀਂ ਪਾਈ ਇਹਦਾ ਹੱਥ ਸੁਥਰਾ ਮੁੜ ਕੇ ਜੇ ਪੱਕੇ ਹੋਣ ਦੇ ਵਿੱਚ ਵੀ ਮਦਦ ਹੁੰਦੀ ਆ ਫੇਰ ਤਾਂ ਵਾਪ ਪਲੀਏ ਦੇ ਉੱਤੇ ਚੰਗਾ ਤਾਂ ਕੁਝ ਵੀ ਨਹੀਂ ਹੋ ਸਕਦਾ ਅੱਛਾ ਮਿਰਕ ਸਾਹਿਬ ਇੱਕ ਆਪਾਂ ਪੈਸੇ ਫੜਫੜ ਕੇ ਜਾਣਾ ਹੁੰਦਾ ਇੱਥੋਂ ਜਦੋਂ ਪਹਿਲੀ ਵਾਰ ਜਾਣਾ ਕਿਉਂਕਿ ਸਾਡੇ ਪਰਿਵਾਰਾਂ ਦੇ ਕੋਲ ਘਰਾਂ 'ਚ ਪੈਸੇ ਨਹੀਂ ਹੁੰਦੇ ਸੇਵਿੰਗ ਤਾਂ ਹੁੰਦੀ ਨਹੀਂ ਨਾ ਦਾਣੇ ਅੰਦਰ ਰੱਮ ਹੁੰਦਾ ਪਰ ਪੈਸੇ ਨਹੀਂ ਹੁੰਦੇ ਬਿਲਕੁਲ ਜੀ ਭੂਆ ਤੋਂ ਫੜ ਲਿਆ ਮਾਸੀ ਤੋਂ ਫੜ ਲਿਆ ਗਵਾਂਡੀਆਂ ਤੋਂ ਫੜ ਲਿਆ ਤੁਹਾਡੇ ਵਰਗੇ ਮਿੱਤਰਾਂ ਨੂੰ ਕਹਿਤਾ ਜੀ ਥੋੜ ਭੇਜਣਾ ਆਪਾਂ ਧੀ ਪੁੱਤ ਹਾਂਜੀ ਤੇ ਅਸੀਂ ਕਈ ਵਾਰੀ ਉਹਨਾਂ ਨੂੰ ਕਹਿ ਦਿੰਦਾ ਜੀ ਦੋ ਕੁ ਮਹੀਨਿਆਂ ਬਾਅਦ ਪੈਸੇ ਤੁਹਾਡੇ ਮੋੜ ਦਾਂਗੇ 6 ਮਹੀਨੇ ਬਾਅਦ ਮੋੜ ਜਾਾਂਗੇ ਬੜੀਆ ਤੇ ਸਾਲ ਕਹਿ ਦਿੰਦਾ ਆਪਾਂ ਵੀ ਸਾਲ ਦੇ ਵਿੱਚ ਵੀ ਤੁਹਾਨੂੰ ਪੂਰੇ ਕਰ ਦਿਆਂਗੇ ਹਾਂਜੀ ਹੁਣ ਲੱਖਾਂ ਦੀ ਗਿਣਤੀ ਦੇ ਵਿੱਚ ਰੁਪਈਏ ਪੂਰੇ ਦੇ ਨਹੀਂ ਹੁੰਦੇ ਹਾਂਜੀ ਅੱਜ ਕੱਲ ਇੱਕ ਚਰਚਾ ਬੜੀ ਚੱਲਦੀ ਹੈ ਇੱਕ ਸੱਜਣ ਚਲੋ ਅਸੀਂ ਤਾਂ ਸਾਰਿਆਂ ਦਾ ਹੀ ਸਤਿਕਾਰ ਕਰਦੇ ਆਂ ਮਹਾਰਾਜ ਉਹਨਾਂ ਨੂੰ ਤਰੱਕੀਆਂ ਬਖਸ਼ੇ ਅਸੀਂ ਤਾਂ ਕਹਿੰਨੇ ਸਮੱਤ ਤੇ ਤਰੱਕੀਆਂ ਦੋਨੇ ਬਖਸ਼ੇ ਇੱਕ ਵੀਡੀਓ ਜੀ ਸੋਸ਼ਲ ਮੀਡੀਆ ਤੇ ਚੱਲਦੀ ਹੈ ਜੀ ਆਸਟ੍ਰੇਲੀਆ ਬਹੁਤ ਵਧੀਆ ਕਮਾਈ ਬੜੀ ਉਹ ਕਹਿੰਦੇ ਜੀ ਕਈ ਸੱਜਣ ਤਾਂ ਮਹੀਨੇ ਦਾ ਦਾਦਾ 15-15 20-20 ਲੱਖ ਰੁਪਈਆ ਵੀ ਬੱਚੇ ਜਾ ਕੇ ਕਮਾ ਲੈਂਦੇ ਆ ਮਹੀਨੇ ਚ ਹੀ ਖਰਚ ਪੂਰਾ ਹੋ ਜਾਂਦਾ ਅ ਕਿਹੜਾ ਕੰਮ ਆਸਟ੍ਰੇਲੀਆ ਚ ਇਦਾਂ ਦਾ ਹੈਗਾ ਜਿੱਥੇ 15-20 ਲੱਖ ਰੁਪਈਆ ਮਹੀਨੇ ਦਾ ਮਿਲ ਜਾਂਦਾ ਕਿ ਮੈਨੂੰ ਸਮਝਾ ਦਿਓ ਯਾਨੀ ਮੈਂ ਤਾਂ ਹੌਲ ਪੈਂਦੇ ਮੇਰੇ ਮੇਰੇ ਉਹਨਾਂ ਸਕੀਮ ਜਿਵੇਂ ਆਪਾਂ ਕਹਿੰਦੇ ਨੇ ਨਾ ਉਹ ਪਾ ਜਾਂਦੇ ਨੇ ਠੀਕ ਹੈ ਜੀ ਠੀਕ ਹੈ ਉਹ ਜਿਹੜੀ ਗੱਲ ਕਰਦੇ ਆ ਜਿਵੇਂ ਜਿਵੇਂ ਹੁਣ ਜਿਹੜੇ ਮੁੰਡੇ ਆਪਣੇ ਕੋਲ ਟਰੱਕ ਚਲਾਉਂਦੇ ਸੀ ਐਡੇ-ਐਡੇ ਜੀ ਤੁਸੀਂ ਦੇਖੇ ਨੇ ਹਾਂ ਜੀ ਉਹਨਾਂ ਦਾ ਨੋ ਡਾਊਟ ਵੀ ਹਾਂ ਉਹ ਮੈਂਤ ਕਰਦੇ ਨੇ ਕਰੋ ਬਾਹਰ ਰਹਿੰਦੇ ਨੇ ਤਿੰਨ ਤਿੰਨ ਚਾਰ ਚਾਰ ਡਾਲਰੋ ਹਫਤੇ ਦਾ ਬਣਾ ਲੈਂਦੇ ਨੇ ਜਣੀ ਫੁੱਲ ਟਾਈਮ ਕੰਮ ਜਿਹੜੇ ਕਰਦੇ ਹਾਂ ਸਟੂਡੈਂਟ ਨਹੀਂ ਸਟੂਡੈਂਟ ਨਹੀਂ ਜੀ ਤੇ ਉਹ ਲਾਇਸੈਂਸ ਬਣਨ ਲਈ ਘਟੋ ਘਟ ਉਹਨਾਂ ਨੂੰ ਦੋ ਸਾਲ ਲੱਗਦੇ ਨੇ ਪਹਿਲਾਂ ਜਾ ਕੇ ਲਾਇਸੈਂਸ ਬਣਾਉਣ ਦੇ ਲਈ ਹਾਂਜੀ ਪਹਿਲਾਂ ਕਾਰ ਦਾ ਲਾਇਸੈਂਸ ਬਣੂਗਾ ਵੀਰੇ ਫਿਰ ਐਚ ਆਰ ਦਾ ਬਣੂਗਾ ਫਿਰ ਜਾ ਕੇ ਐਚ ਸੀ ਐਮ ਸੀ ਤੇ ਪਹੁੰਚਣਗੇ ਠੀਕ ਆ ਜੀ ਟਰਕਿੰਗ ਦੀ ਜੌਬ ਉੱਥੇ ਇਸ ਟਾਈਮ ਜਿਹੇ ਚ ਸਰ ਨਾਲੋਂ ਜ਼ਿਆਦਾ ਪੈਸਾ ਮਿਲ ਰਿਹਾ ਕਿਉਂਕਿ ਮੇਰੀ ਵਾਈਫ ਉਹਨਾਂ ਗਵਰਨਮੈਂਟ ਜੌਬ ਕਰਦੀ ਹੈ ਉਹਨਾਂ ਦੀ ਵੀ ਸੈਲਰੀ ਫਿਕਸ ਜੀ 500 15 ਉਹ ਟੈਕਸ ਟੂਕਸ ਕੱਟ ਕੇ 900000 ਤੱਕ ਹੀ ਮਿਲਦਾ ਨਾਰਮਲ ਜਿਹੜੀ ਉਥੋਂ ਦੀ ਸੈਲਰੀ ਹੈ ਯਾਨੀ 4-5000 ਹਜ਼ਾਰੀ ਮਹੀਨੇ ਦਾ ਬਣਦਾ ਉਹ ਦੇਣਾ ਵੀ 10000 ਡਾਲਰ ਤੁਸੀਂ ਹਫਤੇ ਦਾ ਲਾ ਲਓ ਚਾਰ ਹੀ ਬਣਿਆ ਹਾਂਜੀ ਮੈਨੂੰ ਸੀ ਵੀ ਆਪਣੇ ਬੰਦੇ 1000 ਵਧਾ ਕੇ ਦੱਸਾਂ ਨਹੀਂ ਨਹੀਂ ਠੀਕ ਹੈ ਵੀ ਹਾਂ ਠੀਕ ਹੈ ਜਿਹੜਾ ਬੰਦਾ ਮਿਹਨਤ ਕਰ ਰਿਹਾ ਉਹ ਵੀ ਰੋਟੀ ਵੀ ਪੇਟਾਂ ਦੀ ਖਾ ਰਿਹਾ ਹੈ ਜੀ ਘਰੋਂ ਬਾਹਰ ਰਹਿ ਰਿਹਾ ਫਿਰੋਂ ਬਾਹਰ ਰਹਿ ਰਿਹਾ ਸੋ ਵੀ ਉਹ ਵੀ ਹਿਸਾਬ ਦਾ ਹੀ ਰਿਹਾ ਹਿਸਾਬ ਦਾ ਹੀ ਰਹੇਗਾ ਬਿਲਕੁਲ ਠੀਕ ਹੈ ਜੀ ਹਾਂਜੀ ਫੇਰ ਉਹ ਕੁਝ ਪੈਸੇ ਪਰ 15-20 ਲੱਖ ਤਾਂ ਫੇਰ ਵੀ ਨਹੀਂ ਨਹੀਂ ਵੀ ਜੀ 15-20 ਲੱਖ ਯਾਨੀ 40000 ਡਾਲਰ ਮਹੀਨੇ ਦਾ ਨਹੀਂ ਜੇ ਬੜਦਾ ਤਾਂ ਮੈਨੂੰ ਵੀ ਦੱਸ ਦੋ ਮੈਂ ਵੀ ਮਹੀਨਾ ਤੋਂ ਲੈ ਲਵਾਂ ਉੱਤੇ ਤੁਹਾਨੂੰ ਕੋਈ ਨਵਾਂ ਬੰਦਾ ਤਾਂ ਨਹੀਂ ਟੱਕਰਿਆ ਅਜੇ ਤੱਕ 10-12 ਸਾਲਾਂ ਚ ਨਹੀਂ ਨਹੀਂ ਯਾਨੀ ਚਲੋ ਆਪਾਂ ਇੰਨਾ ਤਾਂ ਮੰਨ ਸਕਦੇ ਆ ਮੈਨੂੰ ਲੱਗਦਾ ਕਿ ਕੋਈ 4000 5000 6000 ਬਣਾ ਲੈਂਦਾ ਹੋਊ ਜੇ ਤਾਂ 3 ਕੁ ਲੱਖ ਬਣਦਾ ਹੋਊ 3.5 ਲੱਖ ਬਣਦਾ ਹੋਊਗਾ ਪਰ ਇਹ 15-20 ਲੱਖ ਵਾਲੀ ਗੱਲ ਤਾਂ ਬੜੀ ਈ ਨਹੀਂ 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 ਤੇ ਬੱਚੇ ਜਿਹੜੇ ਜਾਂਦੇ ਆ ਸਟੂਡੈਂਟ ਉਹ ਤਾਂ ਕੰਮ ਵੀ ਕਿਉਂਕਿ ਥੋੜੇ ਘੰਟੇ ਕਰ ਸਕਦੇ ਹੋਣੇ ਹਾਂਜੀ ਸੀਮਤ ਕਰ ਸਕਦੇ ਹੁਣੇ ਆ ਮੈਂ ਸਿਰਫ ਮੇਰਾ ਕੰਸਰਨ ਜ਼ਿਆਦਾ ਏ ਸੀ ਕਿ ਚਲੋ ਜੋ ਮਰਜੀ ਦੱਸਣ ਪਰ ਘੱਟੋ ਘੱਟ ਮਾਪੇ ਮਾਨਸਿਕ ਤੌਰ ਤੇ ਤਿਆਰੀ ਕਰ ਲੈਣ ਕਿ ਨਿਆਣੇ ਨੂੰ ਜਾ ਕੇ ਪਹਿਲੇ ਮਹੀਨੇ ਪੈਸੇ ਭੇਜਣੇ ਸ਼ੁਰੂ ਕਰ ਦਿੰਨੇ ਆ ਬੱਚਾ ਵੀ ਇਦਾਂ ਜਾਊਗਾ ਕਿ ਮੈਂ ਜਾਂਦੇ ਇੰਨੇ ਪੈਸੇ ਫਿਰ ਜਦੋਂ ਨਹੀਂ ਬਣਨੇ ਮਾਨਸਿਕ ਤੌਰ ਤੇ ਦੋਨਾਂ ਨੂੰ ਪਰੇਸ਼ਾਨੀ ਹੋਊਗੀ ਮੈਂ ਤਾਂ ਤੁਹਾਡੇ ਤੋਂ ਕਲੀਅਰ ਕਰ ਰਿਹਾ ਜੀ ਨਹੀਂ ਇੱਕ ਤਾਂ ਮਾਪਿਆਂ ਨੂੰ ਤਾਂ ਮੇਨ ਜਿਹੜੀ ਗੱਲ ਹੈ ਜੀ ਇੱਕ ਵਾਰੀ ਜਦੋਂ ਬੱਚਾ ਭੇਜਦਾ ਜੀ ਦੂਜੀ ਫੀਸ ਜਦੋਂ ਮੰਗਦੇ ਨਾ ਦੂਜੀ ਫੀਸ ਨਹੀਂ ਉਹਨੂੰ ਦੇਣੀ ਚਾਹੀਦੀ ਦੂਜੀ ਫੀਸ ਵਾਲੇ ਉਹਨੂੰ ਕਹਿੰਦੇ ਨੇ ਵੀ ਟਾਈਮ ਨਾਲ ਹੀ ਹੁਣ ਤੂੰ ਵਾਪਸ ਆ ਜਾ ਤੇਰਾ ਕੰਮ ਹੋ ਗਿਆ ਠੀਕ ਆ ਜੀ ਵੀ ਜੇ ਜਾ ਕੇ ਤੁਸੀਂ 5-6 ਮਹੀਨਿਆਂ ਚ ਦੂਜੀ ਫੀਸ ਨਹੀਂ ਭਰ ਸਕਦੇ ਜੀ ਤਾਂ ਫਿਰ ਤੁਸੀਂ ਵਾਪਸ ਆ ਜਾਓ ਅੱਛਾ ਜੜ ਇਹਦਾ ਮਤਲਬ ਕੋ ਢੇਲਿਆ ਕਿਤੇ ਬੱਚੇ ਦੀ ਠੀਕ ਆ ਜੀ ਠੀਕ ਹੈ ਚਲੋ ਵੀ ਕਈ ਵਾਰੀ ਹੁੰਦਾ ਚਲੋ ਸਟਰਗਲ ਕਰ ਰਿਹਾ ਅੱਧੀ ਪਚਦੀ ਫੀਸ ਤੇ ਬੱਚਾ ਪੂਰੀ ਕਰੇ ਨਾ ਜੀ ਕਿਉਂਕਿ ਹੁਣ ਜੇ ਜਾ ਕੇ ਤੁਸੀਂ ਚੱਕਰ ਚੋਂ ਉੱਥੋਂ ਪੈ ਗਏ ਕਿਉਂਕਿ ਜਿਸ ਟਾਈਮ 'ਚ ਅਸੀਂ ਗਏ ਸੀ ਉਸ ਟਾਈਮ ਨਾ ਤਾਂ ਉੱਥੇ ਕੋਈ ਸਿੰਗਰ ਪੀਓ ਫਾਲਤੂ ਖਰਚਾ ਤਾਂ ਹੁੰਦਾ ਹੀ ਨਹੀਂ ਸੀ ਹੁੰਦਾ ਜਿਹੜੀਆਂ ਪੈਂਟਾਂ ਲੈ ਕੇ ਗਈ ਸੀ ਉਹ ਪੈਂਟ ਬੈਗਾਂ ਚ ਪਈਆਂ ਰਹਿੰਦੀਆਂ ਸੀ ਜੀ ਟੈਕਸੀ ਵਾਲੀ ਯੂਨੀਫਾਰਮ ਪਾ ਲੋ ਜਾਂ ਕੰਮ ਤੇ ਕਾਲੀ ਪੈਂਟ ਹੁੰਦੀ ਸੀ ਉਹ ਪਾ ਕੇ ਬਸ ਸਾਲ-ਸਾਲ ਦੋ-ਦੋ ਸਾਲ ਨਿਕਲ ਜਾਂਦੇ ਸੀ ਬਿਲਕੁਲ ਠੀਕ ਹੈ ਜੀ ਹੁਣ ਦਾ ਜਿਹੜਾ ਰੁਟੀਨ ਹੈ ਉੱਥੇ ਤੁਸੀਂ ਇਹ ਲਾ ਲਓ ਵੀ ਹਰੇਕ ਮਹੀਨੇ ਦੋ ਸਿੰਗਰ ਆਏ ਹੁੰਦੇ ਆ ਠੀਕ ਹੈ ਜੀ ਦੋ ਛੁੱਟੀਆਂ ਪੱਕੀਆਂ ਹੋ ਗਈਆਂ ਦੋ ਕੱਪੜੇ ਪੱਕੇ ਹੋ ਗਏ ਜੀ ਫੋਟੋ ਉਹਨਾਂ ਚ ਪੈ ਗਈ ਫੇਸਬੁੱਕ ਤੇ ਤਾਂ ਦੁਬਾਰਾ ਉਹ ਕੱਪੜੇ ਨਹੀਂ ਪਾਣੇ ਅੱਛਾ ਵੀ ਨਵੀਂ ਫੋਟੋ ਹੀ ਨਵੇਂ ਕੱਪੜੇ ਚਾਹੀਦੇ ਨੇ ਕੱਪੜੇ ਚਾਹੀਦੇ ਕੁਝ ਬੱਚੇ ਇਦਾਂ ਕਰਦੇ ਸਾਰੇ ਨਹੀਂ ਹਾਂਜੀ ਕੁਝ ਇਦਾਂ ਕਰਦੇ ਠੀਕ ਹੈ ਜੀ ਫਿਰ ਉਸ ਸਾਬ ਨੂੰ ਉਹਨਾਂ ਦਾ ਖਰਚਾ ਵੱਧ ਜਾਂਦਾ ਹੈਗਾ ਫਿਰ ਫੀਸਾਂ ਨਹੀਂ ਪੂਰੀਆਂ ਹੁੰਦੀਆਂ ਫਿਰ ਫੀਸਾਂ ਨਹੀਂ ਪੂਰੀਆਂ ਹੁੰਦੀਆਂ ਅੱਛਾ ਬ੍ਰਿਕ ਸਾਬ ਨੂੰ ਇੱਕ ਚੀਜ਼ ਹੋਰ ਦੱਸਿਓ ਤੁਸੀਂ ਟਰੱਕਿੰਗ ਦੇ ਕਾਰੋਬਾਰ ਦੇ ਵਿੱਚ ਹੈਗੇ ਆ ਉੱਥੇ ਕੈਨੇਡਾ ਦੇ ਵਿੱਚ ਨਾ ਇੱਕ ਸਮੱਸਿਆ ਕਿਤੇ ਕਿਤੇ ਆਉਂਦੀ ਸੀ ਸਾਡੇ ਉੱਥੇ ਐਕਸੀਡੈਂਟ ਬਹੁਤ ਹੋਣ ਲੱਗ ਪਏ ਸੀ ਹਾਂਜੀ ਉਹਦੇ ਵਿੱਚ ਸਰਕਾਰ ਵੀ ਕਹਿੰਦੀ ਸੀ ਕਿ ਮੋਬਾਈਲ ਦਾ ਬਹੁਤ ਵੱਡਾ ਯੋਗਦਾਨ ਹੈ ਕਿ ਜਦੋਂ ਆਪਾਂ ਟਰੱਕ ਚਲਾਉਂਦੇ ਆਂ ਕਈ ਵਾਰੇ ਘਰੋਂ ਫੋਨ ਆ ਗਿਆ ਵੀਡੀਓ ਕਾਲ ਆ ਗਈ ਆਪਾਂ ਕੋ ਰੀਲ ਬਣਾਉਣ ਲੱਗ ਪਏ ਇਦਾਂ ਦੀਆਂ ਸਮੱਸਿਆਵਾਂ ਆਉਂਦੀਆਂ ਸੀ ਉਸ ਉੱਥੇ ਵੀ ਬੇਨਤੀ ਕਰਦੇ ਹੁੰਦੇ ਨੇ ਕਿ ਯਾਰ ਚਾਨ ਤੋਂ ਚੰਗਾ ਕੁਝ ਨਹੀਂ ਤੁਹਾਨੂੰ ਪਿੱਛੇ ਟੱਬਰ ਉੜੀਕਦਾ ਪੰਜਾਬ 'ਚ ਵੀ ਤੇ ਇੱਥੇ ਵੀ ਇਹ ਅੰਗੈਲੀ ਨਹੀਂ ਕਰਨੀ ਆਸਟ੍ਰੇਲੀਆ ਦੇ ਵਿੱਚ ਜਦੋਂ ਟਰੱਕ ਜਿਹੜੇ ਚਲਾਉਣਾ ਚਾਹੁੰਦੇ ਆ ਜਾਂ ਜਿਹੜੇ ਚਲਾ ਰਹੇ ਨੇ ਉਹਨਾਂ ਦੇ ਲਈ ਸਾਵਧਾਨੀਆਂ ਦੀ ਵੀ ਲੋੜ ਹੁੰਦੀ ਹੈ ਇਦਾਂ ਦੀ ਸਮੱਸਿਆ ਆਉਂਦੀ ਹੈ ਬਿਲਕੁਲ ਵੀ ਮੋਸਟਲੀ ਜਿਹੜੇ ਐਕਸੀਡੈਂਟ ਹੁੰਦੇ ਆ ਵੀਰੇ ਐ ਉਹ ਫੋਨ ਕਰ ਕੀ ਹੋ ਰਿਹਾ ਨੇ 100 ਦੀ ਸਪੀਡ ਤੇ ਟਰੱਕ ਜਾ ਰਿਹਾ ਆਪਾਂ ਚਾਰਜਰ ਲਾਣ ਲੱਗ ਪਈਆਂ ਉਹ ਥੱਲੇ ਕਰ ਲਿਆ ਮਾੜਾ ਜਾ ਘੱਟ ਵੱਜ ਗਿਆ ਮਗਰ ਦੋ ਦੋ ਟ੍ਰੇਲਰ ਨਹੀਂ ਨਹੀਂ ਸੰਭਲਦਾ ਜੀ ਕਿ ਕਈ ਵਾਰੀ ਵੀਡੀਓ ਦੇਖਣ ਲੱਗ ਜਾਂਦੇ ਨੇ ਕਿਉਂਕਿ ਲੰਬੇ ਰੂਟ ਬਹੁਤ ਲੰਬੇ ਨੇ ਆਸਟ੍ਰੇਲੀਆ 'ਚ ਉਹ ਫਿਲਮ ਦੇਖਣ ਲੱਗ ਜਾਂਦੇ ਨੇ ਬਟ ਹੁਣ ਉੱਥੇ ਆਈਆਂ ਚਲੋ ਫਟੀਕ ਕੈਮਰੇ ਲੱਗੇ ਨੇ ਸਾਹਮਣੇ ਕੈਮਰਾ ਲੱਗ ਜਾਂਦਾ ਹੈਗਾ ਜੀ ਉਹ ਪੁਸ਼ਕ ਸੈਕਿੰਡ ਦਾ ਆਈ ਕੰਟੈਕਟ ਜਿਵੇਂ ਕੈਮਰੇ ਤੋਂ ਜੇ ਟੁੱਟਿਆ ਤੋਂ ਵਾਈਬ੍ਰੇਟ ਕਰਦੀ ਹੈ ਸੀਟ ਆਟੋਮੈਟਿਕਲੀ ਹਾਂਜੀ ਅੱਛਾ ਵੀ ਤੁਸੀਂ ਕਿਤੇ ਇਧਰੋਂ ਤੇ ਲੰਬੇ ਧਿਆਨ ਤੋਂ ਆ ਤੁਹਾਡਾ ਹਾਂਜੀ ਵੀ ਸਿੱਧਾ ਦੇਖੋ ਜੀ ਤੇ ਫੇਰ ਜਦੋਂ ਵਾਈਬ੍ਰੇਟ ਕਰਦੀਏ ਸੀਟੋਂ ਨਾਲ ਦੀ ਨਾਲ ਉਹਨਾਂ ਦਾ 24 ਆਵਰ ਇੱਕ ਮੋਨਿਟਰਿੰਗ ਸੈਂਟਰ ਹੈ ਠੀਕ ਹੈ ਜੀ ਉੱਥੇ ਵੀ ਉਹ ਫਲਕਚੂਏਟ ਕਰਦੀਏ ਫਿਰ ਉਹ ਬੰਦੇ ਐਨਲਾਈਜ਼ ਕਰਦੇ ਨੇ ਵੀ ਇਹ ਬੰਦਾ ਸੌ ਰਿਹਾ ਸੀ ਕਿ ਫੋਨ ਤੇ ਸੀ ਵੀ ਕਿੰਨੀ ਕੁ ਸੀਰੀਅਸਨੈਸ ਹੈ ਜੀ ਜੇ ਉਹਨਾਂ ਨੂੰ ਲੱਗੇ ਵੀ ਜ਼ਿਆਦਾ ਸੀਰੀਅਸ ਹੈ ਫਿਰ ਉਹ ਕਾਲ ਕਰਦੇ ਨੇ ਓਨਰ ਨੂੰ ਜਾਂ ਜਿਹੜਾ ਵੀ ਨੰਬਰ ਦਿੱਤਾ ਹੈ ਨਾਈਟ ਸੁਪਰਵਾਈਜ਼ਰ ਦਾ ਵੀ ਤੁਹਾਡਾ ਡਰਾਈਵਰ ਹੈ ਟਰੱਕ 'ਚ ਗੜਬੜ ਕਰ ਰਿਹਾ ਹੁਣ ਫੋਨ ਕਰਕੇ ਅੱਛਾ ਵੀ ਮੋਨਿ ਇਹ ਲਾਇਸੈਂਸ ਬਣਾਉਣਾ ਕਿੰਨਾ ਕੌਖਾ ਭਾਰਤ ਤੋਂ ਜਿਹੜਾ ਬੰਦਾ ਜਾਂਦਾ ਕਈ ਵਾਰੀ ਸਾਨੂੰ ਹੁੰਦਾ ਕਿ ਆਪਾਂ ਤਾਂ ਫਟੇ ਚੱਕ ਦਿਆਂਗੇ ਇੱਥੇ ਕਰ ਦੜਾਈ ਫਰੀਦੀ ਆ ਮੀ ਰੂਟਸ ਤਾਂ ਗੱਡੀ ਚਲਾਨੀ ਪੈਂਦੀ ਹੈ ਵੀ ਹਾਂ ਵੀ ਇੱਥੇ ਆਪਾਂ ਕਰੀ ਇਧਰੋਂ ਉਧਰੋਂ ਕਰਕੇ ਕੱਢ ਲੈਨੇ ਆ ਉੱਥੇ ਵੀ ਕੰਮ ਹੋ ਕੇ ਗੱਡੀ ਚੱਲਦੀ ਹੈ ਨਹੀਂ ਵੀ ਤੁਸੀਂ ਇਧਰੋਂ ਕੱਢ ਲਓ ਉਧਰੋਂ ਕੱਢ ਲਓ ਲਾਈਨ ਦੇ ਵਿੱਚ ਤੁਰੇ ਚੱਲੋ ਕੋਈ ਨਾ ਹੌਲੀ ਹੌਲੀ ਸਾਰਿਆਂ ਨੇ ਘਰੇ ਜਾਣਾ ਸਾਰਿਆਂ ਨੇ ਘਰੇ ਜਾਣਾ ਹਾਂਜੀ ਥੋੜਾ ਜਿਹਾ ਸਬਰ ਰੱਖਣਾ ਪਊਗਾ ਥੋੜਾ ਜਿਹਾ ਸਬਰ ਰੱਖਣਾ ਪੈਂਦਾ ਅੱਛਾ ਮਿਰਕ ਸਾਹਿਬ ਇੱਕ ਚੀਜ਼ ਮੈਨੂੰ ਹੋਰ ਦੱਸਿਓ ਖਰਚ ਵੀ ਕੁਝ ਪਿਛਲੇ ਸਮੇਂ ਦੇ ਵਿੱਚ ਤੁਸੀਂ 12 ਸਾਲਾਂ ਦੇ ਵਿੱਚ ਕੀ ਮਹਿਸੂਸ ਕੀਤਾ ਕਿ ਜਿਹੜੇ ਬੰਦੇ ਨੇ ਨਵੇਂ ਜਾਣਾ ਜਾਂਦੇ ਤਾਂ ਘਰ ਲੈ ਨਹੀਂ ਰਹਿਣਾ ਉਹਨੇ ਕਿਰਾਏ ਤੇ ਰਹਿਣਾ। ਕਰਿਆਨੇ ਦਾ ਗਰੋਸਰੀ ਦਾ ਖਰਚ ਵੀ ਹੋਣਾ। ਪਹਿਲਾਂ ਨਾਲੋਂ ਕੁਝ ਕਿਉਂਕਿ ਕੈਨੇਡਾ 'ਚ ਮਹਿੰਗਾਈ ਬਹੁਤ ਵਧੀ ਹੈ। ਇੰਗਲੈਂਡ 'ਚ ਮੈਂ ਗਿਆ ਸੀ ਉੱਥੇ ਮਹਿੰਗਾਈ ਵਧੀ ਹੈ। ਯੂਐਸਏ ਵਾਲੇ ਵੀ ਕਹਿੰਦੇ ਸੀ ਜੀ ਹੁਣ ਤਾਂ 500 ਡਾਲਰਾਂ ਜਿਹੜੀ ਚੀਜ਼ ਅੱਗੇ ਆਉਂਦੀ ਸੀ ਹੁਣ ਤਾਂ 100 ਚ ਆਉਂਦੀ ਹੈ ਆਸਟ੍ਰੇਲੀਆ ਦੇ ਕੀ ਹਾਲਾਤ ਨੇ ਆਸਟ੍ਰੇਲੀਆ 'ਚ ਵੀ ਮਹਿੰਗਾਈ ਤਾਂ ਵਧ ਰਹੀ ਹੈ ਕਿੰਨਾ ਦਿਨੋਂ ਵਧ ਰਹੀ ਹੈ ਠੀਕ ਹੈ ਜੀ ਕਿਉਂਕਿ ਜਿਹੜਾ ਹੁਣ ਕਹਿ ਰਹੇ ਆ ਨੇ ਵੀਜ਼ੇ ਰੋਕ ਰਹੇ ਨੇ ਉਹ ਵੀ ਤਾਂ ਹੀ ਕਿ ਸਿਚੁਏਸ਼ਨ ਕੰਟਰੋਲ ਕਰਨ ਲਈ ਸਟੈਪ ਹੈ ਉਹਨਾਂ ਦਾ ਵੀ ਬਿਨਾ ਵੀਜ਼ਿਆਂ ਤੋਂ ਕੰਮ ਨਹੀਂ ਚੱਲਣਾ ਉਹਨਾਂ ਦੇ ਕਾਲਜ ਨੇ ਇੰਨੀ ਟੂਰਿਜ਼ਮ ਇੰਡਸਟਰੀ ਹੈ ਹੋਟਲ ਇੰਡਸਟਰੀ ਹੈ ਉਹਨਾਂ ਨੂੰ ਬੰਦੇ ਚਾਹੀਦੇ ਨੇ ਜੀ ਬਟ ਐਸ ਟਾਈਮ ਜਦੋਂ ਬੱਚੇ ਜ਼ਿਆਦਾ ਹੋ ਜਾਂਦੇ ਉੱਥੇ ਰੈਂਟ ਦੇ ਘਰ ਤੇ ਫੇਰ ਉਹ ਰੈਂਟ ਜਿਆਦਾ ਹੋ ਜਾਂਦੇ ਆ ਜਾਂ ਕੁਝ ਵੀ ਉਹਨੂੰ ਰੋਕਣ ਲਈ ਥੋੜਾ ਜਿਹਾ ਵੀਜ਼ਾ ਵੀ ਤਾਂ ਹੀ ਰੋਕ ਰਹੇ ਨੇਗੇ ਉਹ ਜੀ ਵੀ ਮਹਿੰਗਾਈ ਜ਼ਰੂਰ ਵਧੀ ਹੋਈ ਹੈ ਘਰ ਨਹੀਂ इजीली ਅਵੇਲੇਬਲ ਮਿਲ ਰਿਹਾ ਅੱਛਾ ਜੀ ਕਿਰਾਏ ਤੇ ਘਰ ਲੱਭਣਾ ਵੀ ਔਖਾ ਹੋਇਆ ਹੈ ਬਿਲਕੁਲ ਵੀਰੇ ਠੀਕ ਹੈ ਜੀ ਵੀ ਮੇਰੇ ਫਰੈਂਡ ਨੇ ਜਾਣਾ ਹੈਗਾ ਅੱਜ ਸਗੂ ਜੀ ਉਹਨੇ ਜਾ ਕੇ ਮੇਰੇ ਕੋਲ ਰੁਕਣਾ ਹੈਗਾ ਹਾਲੇ ਤੱਕ ਅਸੀਂ ਉਹਦੇ ਲਈ ਘਰ ਲੱਭਿਆ ਨਹੀਂਗਾ ਸਾਨੂੰ ਨਹੀਂ ਤੁਸੀਂ ਕੋਸ਼ਿਸ਼ ਕੀਤੀ ਨਹੀਂ ਅਸੀਂ ਦੇਖਦੇ ਰਹਿੰਦੇ ਆਗੇ ਨੈਟ ਤੇ ਕਿਤੇ ਅੱਛਾ ਤਾਂ ਨਹੀਂ ਲੱਭਿਆ ਨਹੀਂ ਲੱਭਿਆ ਨਹੀਂ ਹਾਲੇ ਜੇ ਲੱਭਦਾ ਤਾਂ ਉਹ ਰੈਂਟ ਹੀ ਇੰਨਾ ਜ਼ਿਆਦਾ ਉਹ ਵੀ ਹਲੇ ਜਸਟ ਜਿਵੇਂ ਸਟਾਰਟ ਹੀ ਕੀਤਾ ਉਹਨੇ ਹਾਂ ਨਮਾ ਕੇ ਫਿਰ ਨਵੇਂ ਬੰਦੇ ਨੂੰ ਇਹ ਫਸਾਦੀ ਤੇ ਮੁੜ ਕੇ ਸਾਨੂੰ ਘਰ ਅੱਗੇ ਡਿੱਜਾ ਠੀਕ ਹੈ ਸਾਨੂੰ ਥੋੜਾ ਜਿਆਦਾ ਵੀ ਅਫੋਰਡੇਬਲ ਜਆ ਮਿਲ ਜੇ ਇਹਦਾ ਮਤਲਬ ਵੀ ਜੇ ਕੱਲ ਨੂੰ ਅਸੀਂ ਤੁਹਾਨੂੰ ਕਹੀਏ ਕਿ ਕਿਸੇ ਸੱਜਣ ਨੇ ਆਉਣਾ ਉਹਨੂੰ ਕਮਰਾ ਲੱਭ ਦਿਓ ਕਿਉਂਕਿ ਉਥੇ ਘਰ ਲੱਭਦਾ ਤੇ ਜੇ ਤੁਸੀਂ 10 15 20 ਦਿਨ ਤੁਹਾਨੂੰ ਲੱਗ ਜਨ ਤਾਂ ਸਾਈ ਸਾਨੂੰ ਗੁੱਸਾ ਨਹੀਂ ਕਰਨਾ ਚਾਹੀਦਾ ਤੁਸੀਂ ਲੱਭ ਰਹੇ ਹੋਗੇ ਅੱਛਾ ਇਦਾਂ ਨਹੀਂ ਕਿ ਤੁਸੀਂ ਘਰ ਬੈਠੇ ਜੀ ਨਹੀਂ ਲੱਗ ਜਾਂਦੇ ਜੀ ਨਹੀਂ ਲੱਭਦੇ ਨਹੀਂ ਵੀਰੇ ਘਰ ਘਰ ਬਹੁਤ ਹੁਣ ਤਾਂ ਥੋੜਾ ਜਿਹਾ ਫੇਰ ਥੋੜਾ ਜਿਹਾ ਜਦੋਂ ਦੇ ਵੀਜ਼ੇ ਰੁਕੇ ਨੇ ਥੋੜਾ ਈਜ਼ੀ ਹੋ ਗਿਆ ਜੀ ਪਹਿਲਾਂ ਸਾਡੇ ਬਹੁਤ ਸਾਰੇ ਬੱਚੇ ਚੰਗੇ ਨੇ ਉਹ ਕਾਨੂੰਨ ਦੇ ਮੁਤਾਬਕ ਰਹਿੰਦੇ ਆ ਸਾਸਰੀਕਾਲ ਸਾਰਿਆਂ ਨੂੰ ਬੁਲਾਉਂਦੇ ਆ ਉਲੰਘਣਾ ਨਹੀਂ ਕਰਨਾ ਚਾਹੁੰਦੇ ਪਰ ਕਈ ਹੁੰਦੇ ਆ ਜਿਨ੍ਹਾਂ ਨੂੰ ਥੋੜਾ ਜਿਹਾ ਠਮਕਾ ਜਿਹਾ ਮਾਰਨ ਦੀ ਆਦਤ ਹੁੰਦੀ ਹੈ ਕੀ ਉਹ ਉਹਨਾਂ ਨੂੰ ਹੁੰਦਾ ਨਾ ਕਿ ਸਾਨੂੰ ਕਿਹੜਾ ਰੁਕ ਲੋ ਇੱਥੇ ਕੋਈ ਦੇਖਦਾ ਆ ਆਪਾਂ ਜਿੱਦਾਂ ਮਰਜ਼ੀ ਕਰਾਂਗੇ ਇੱਥੇ ਟ੍ਰੈਸਪਾਸਿੰਗ ਕਰ ਲਈ ਆ ਕਰ ਲਈ ਕਲਾਸਾਂ ਲਾਈਆਂ ਨਾ ਲਾਈਆਂ ਕਾਨੂੰਨ ਸਖਤ ਹੈ ਸਰਕਾਰ ਸਖਤੀ ਦੀ ਨਾਲ ਸਾਰਿਆਂ ਨੂੰ ਸਿੱਜਦੀ ਏਦਾਂ ਦੇ ਬੰਦਿਆਂ ਨੂੰ ਬਿਲਕੁਲ ਵੀ ਰੂਲ ਦੇ ਰੂਲ ਇਨੀ ਫੋਲੋ ਕਰਨੇ ਫਿਰ ਆਪਾਂ ਨੂੰ ਇਨੀ ਦੂਰ ਜਾਣ ਦਾ ਫਾਇਦਾ ਵੀ ਨਹੀਂ ਨਾ ਆਪਾਂ ਲਿਵਿੰਗ ਸਟੈਂਡਰਡ ਰੂਲ ਐਂਡ ਰੈਗੂਲੇਸ਼ਨ ਜੀ ਇਹਨਾਂ ਚੀਜ਼ਾਂ ਕਰਕੇ ਤਾਂ ਇੱਥੋਂ ਜਾਣੇ ਆਪੇ ਇਹੀ ਕਹਿੰਦੇ ਆ ਨਾ ਵੀ ਹਾਂ ਇੰਡੀਆ ਚਾਹੀ ਨਹੀਂ ਹੁੰਦਾ ਇੰਡੀਆ ਚਾਹੀ ਨਹੀਂ ਹੁੰਦਾ ਜੀ ਉਹੀ ਕੁਝ ਉੱਥੇ ਜਾ ਕੇ ਕਰਨਾ ਤਾਂ ਫਿਰ ਤਾਂ ਇੱਥੇ ਹੀ ਰਹਿ ਜਾਣੇ ਆ ਕਿ ਫਿਰ ਜ਼ਰੂਰ ਉੱਥੇ ਜਾ ਕੇ ਕਿਸੇ ਮਗਾਨ ਦੀਆਂ ਗਾਣਾ ਸੁਣਨੀਆਂ ਨੇ ਜਿਹੜਾ ਬੱਚਾ ਪੜ੍ਹਾਈ ਕਰਦਾ ਮਿਹਨਤ ਕਰਦਾ ਕਾਨੂੰਨ 'ਚ ਰਹਿੰਦਾ ਤਰੱਕੀ ਕਰਨ ਦਾ ਮੌਕਾ ਉਹ ਦੇਸ਼ ਦਿੰਦੇ ਆ ਬਿਲਕੁਲ ਹੋ ਰਿਹਾ ਪੂਰੀ ਤਰੱਕੀ ਮਿਲਦੀ ਹੈ ਜੀ ਜਿਵੇਂ ਤੁਹਾਡੇ ਸਾਹਮਣੇ ਇਹ ਚੀਜ਼ ਹੁਣ ਜੇ ਮਿਹਨਤ ਕਰਦੇ ਆਂ ਤੇ ਤਾਂ ਹੀ ਚਲੋ ਅੱਜ ਇੱਥੇ ਤੱਕ ਆਈ ਹੋਈ ਆਂ ਨਹੀਂ ਬਿਲਕੁਲ ਠੀਕ ਹੈ ਜੀ ਹਾਂ ਜੀ ਵੀ ਸੌਖਾ ਕੁਝ ਨਹੀਂ ਹੈਗਾ ਮਿਹਨਤ ਕਰਨੀ ਪਊਗੀ ਜੇ ਤੁਸੀਂ ਮਿਹਨਤ ਕਰਦੇ ਹੋ ਜੀ ਫਿਰ ਸਭ ਕੁਝ ਮਿਲ ਸਕਦਾ ਜੀ ਜੇ ਤੁਸੀਂ ਕਿਸੇ ਬਗਾਨੇ ਬੰਦੇ ਵੱਲ ਦੇਖ ਕੇ ਵੀ ਫਲਾਣਾ ਬੰਦਾ ਆਏਗਾ ਉਹਦੇ ਕੋਲ ਆ ਗੱਡੀ ਹੈ ਮੈਂ ਵੀ ਆ ਗੱਡੀ ਲੈ ਲਾਂ ਹਮਮ ਕਿਉਂਕਿ ਇਹ ਮੈਨੂੰ ਹੁਣੇ ਸੁਣੀ ਸੀ ਮੈਂ ਵੀ ਗੱਲ ਵੀ ਹੁਣ ਕੈਨੇਡਾ 'ਚ ਜਿਵੇਂ ਚੱਲਦਾ ਹੈਗਾ ਜੀ ਵੀ ਸਟੂਡੈਂਟ ਗਿਆ ਉੱਥੇ ਤੁਸੀਂ ਗੱਡੀ ਲੈਣੀ ਹੈ ਤੁਹਾਡੀ ਕ੍ਰੈਡਿਟ ਹਿਸਟਰੀ ਨਹੀਂ ਹੈਗੀ ਉਹ ਕਹਿੰਦੇ ਨੇ ਤੁਸੀਂ ਪਹਿਲੀ ਆਪਣੀ ਜਿਹੜੀ ਹੈ ਪੰਜਾਬ ਚ ਜੀ ਉਹ ਸਾਡੇ ਨਾਮ ਕਰਵਾ ਦੋ ਸਾਡੇ ਕੋਲ ਗਿਰਵੀ ਰੱਖਾ ਦੋ ਹਮ ਹੁਣ ਉੱਥੇ ਸਨੋ ਪੈਂਦੀ ਹੈ ਵੀਰੇ ਇੰਨੀ ਤੁਸੀਂ ਮਹਿੰਗੀ ਗੱਡੀ ਲੈ ਲਈ ਕੋਈ ਐਕਸੀਡੈਂਟ ਹੋ ਗਿਆ ਕੁਝ ਹੋ ਗਿਆ ਅਗਲੇ ਨੇ ਤਾਂ ਤੁਹਾਡੇ ਤੋਂ ਕਿਸ਼ਤਾਂ ਲਈ ਜਾਣੀਆਂ ਨੇ ਜੀ ਫਿਰ ਹਾਰਟ ਅਟੈਕ ਵੀ ਆਣੇ ਹੈ ਕੀ ਤੁਸੀਂ ਜਾਂਦੇ ਹੀ ਵੱਡੀ ਗੱਡੀ ਲੈ ਲਈ ਸੀ ਮਹਿੰਗੀ ਨਹੀਂ ਜੀ ਮੇਰੇ ਤਾਂ ਵੀਰੇ ਮੇਰੇ ਫਰੈਂਡ ਸੀਗਾ ਰਾਜਵੀਰ ਜੀ ਉਹਨਾਂ ਨੇ ਦੇਖੋ ਮੈਂ ਤੁਹਾਨੂੰ ਦੱਸਿਆ ਸੀ ਵੀ ਮੈਂ ਤਾਂ ਪੈਸੇ ਮੇਰਾ ਪਰਸ ਚੱਕ ਉਹਨਾਂ ਨੇ ਕੋਲ ਰੱਖ ਲਿਆ ਸੀ ਜੀ ਵੀ ਤੈਨੂੰ ਇਹਨਾਂ ਦੀ ਲੋੜ ਪੈਣੀ ਹੈ ਇਹ ਤੂੰ ਫੀਸਾਂ ਭਰਨੀ ਨੇ ਆਪਣੇ ਕੋਲ ਰੱਖ ਇਹਨਾਂ ਨੂੰ ਨਾ ਖਰਚ ਜੀ 6 ਮਹੀਨੇ ਤੋ ਉਹਨਾਂ ਦੀ ਗੱਡੀ ਤੀ ਮੈਨੂੰ ਵੀ ਜਿੱਥੇ ਜਾਣਾ ਉਹ ਮੈਨੂੰ ਚਾਬੀ ਰੱਖ ਕੇ ਸੌਂਦਾ ਹੁੰਦਾ ਸੀਗਾ ਹਰਪ੍ਰੀਤ ਤੂੰ ਗੱਡੀ ਲੈ ਜੀ ਵੀ ਆ ਪਈਏ ਤੂੰ ਹਾਲੇ ਗੱਡੀ ਵਾਲੇ ਝਾਕਣਾ ਤੱਕ ਨਹੀਂ ਪਿੰਨੇ ਤਾਂ ਫਿਓਖਾ ਹੋਏਗਾ ਹਾਂਜੀ ਠੀਕ ਹੈ ਜੀ ਗੱਡੀ ਉਹਨਾਂ ਨੇ ਮੈਨੂੰ ਲੈਣ ਦਿੱਤੀ ਸੀ ਜਦੋਂ ਮੇਰੀ ਵਾਈਫ ਪ੍ਰੈਗਨੈਂਟ ਹੋਈ ਸੀਗੀ ਜੀ ਉਦੋਂ ਸੀਗਾ ਵੀ ਹੁਣ ਤੂੰ ਹਸਪੀਟਲ ਵਗੈਰਾ ਜਾਣਾ ਪਊਗਾ ਤੂੰ ਐਮਰਜੈਂਸੀ ਰੋਡ ਪੈ ਜਾਂਦੀ ਹੈ ਚਲ ਹੁਣ ਗੱਡੀ ਲੈ ਲੈ ਠੀਕ ਹੈ ਜੀ ਮੇਰੀ ਵਾਈਫ ਵੀ ਬਸਤੇ ਜਾਂਦੀ ਰਹੀ ਹੈਗੀ ਹਮ ਹਮ ਮੈਂ ਉੱਥੇ ਚੱਲੋ ਟੈਕਸੀ ਦੀ ਹੁੰਦਾ ਸੀਗਾ ਘਰੇ ਫਿਰ ਉਹ ਨਦੀ ਪੀ ਸਾਡੇ 4-5 ਜਣੇ ਦੀ ਸਾਂਝੀ ਗੱਡੀ ਹੁੰਦੀ ਸੀ। ਅੱਛਾ ਠੀਕ। ਉਹ ਵੀ ਵੀ ਮੇਰੀ ਤਾਂ ਹੁੰਦੀ ਹੀ ਨਹੀਂ ਸੀ ਉਹਨਾਂ ਨੇ ਰੱਖੀ ਹੋਈ ਸੀ ਕਿ ਤੇ ਚੱਲੋ ਦੀ ਚਾਬੀ ਮੇਰੇ ਕੋਲ ਹੁੰਦੀ ਸੀ ਤੇ ਨਹੀਂ। ਅੱਛਾ ਇਹ ਫਿਰ ਜਦੋਂ ਤੁਸੀਂ ਪਹਿਲੀ ਗੱਡੀ ਲਈ ਆ ਉੱਪਰਲੀ ਮੋਡਲ ਨਹੀਂ ਜੀ ਨਹੀਂ ਉਹ ਵੀ ਸੈਗਨੈਂਟ ਲਈ ਸੀ ਪਹਿਲਾਂ ਮੇਰੇ। ਠੀਕ ਹੈ ਜੀ। ਸਾਫ ਸਾਫ ਜਾਦੀ। ਸਾਫ ਸਾਫ ਜਾਦੀ ਠੀਕ ਹੈ ਜੀ। ਤਾਂ ਮੈਨੂੰ ਲੱਗਦਾ ਵੀ ਹੁਣ 2 ਸਾਲ ਪਹਿਲਾਂ ਜਾ ਕੇ ਗੱਡੀ ਲਈ ਹੈਗੀ ਆ ਪਤਾ। ਕੀ ਬਾਤ ਹੈ ਜੀ ਠੀਕ ਹੈ। ਵਿਰਖ ਸਾਹਿਬ ਇਹ ਗੱਲਾ ਹੋ ਸਕਦਾ ਕਿ ਕਿਸੇ ਨੂੰ ਛੋਟੀਆਂ ਲੱਗਣ ਪਰ ਇੱਕ ਬੰਦੇ ਨੇ ਜਿੰਨੇ ਉੱਥੇ ਜਾ ਕੇ ਸਟਾਰਟ ਕਰਨਾ ਉਹਦੇ ਲਈ ਬਹੁਤ ਇੰਪੋਰਟੈਂਟ ਨੇ ਕਿ ਭਾਈ ਉਹਨੂੰ ਘਰ ਦਾ ਕੰਮ ਕਰਨਾ ਆਉਂਦਾ ਹੋਵੇ ਬਿਲਕੁਲ ਜੇ ਉਹਨੇ ਕਿਸੇ ਹੋਰ ਕੰਮ ਦੇ ਵਿੱਚ ਹੱਥ ਖੋਲ੍ਹਿਆ ਤਾਂ ਉਹਦੇ ਲਈ ਪੌ 12 ਪੰਜਾਬੀ ਜੀ ਕਹਿੰਦਾ ਕਿ ਉਹਦਾ ਸੂਤ ਲੱਗ ਸਕਦਾ ਬਿਲਕੁਲ ਕਾਨੂੰਨ ਦੇ ਵਿੱਚ ਰਹਿਣਾ ਇਹ ਵੀ ਜ਼ਰੂਰੀ ਹੈ ਮਹਿੰਗਾਈ ਥੋੜੀ ਜਿਹੀ ਵੱਧ ਰਹੀ ਹੈ ਕਮਾਈ ਉਨੀ ਨਹੀਂ ਹੁੰਦੀ ਜਿੰਨੀ ਸੋਸ਼ਲ ਮੀਡੀਆ ਤੇ ਕਈ ਬੰਦੇ ਦੱਸੀ ਜਾਂਦੇ ਆ ਉਨੀ ਨਹੀਂ ਹੁੰਦੀ ਹਾਂ ਉਨੀ ਨਹੀਂ ਹੁੰਦੀ ਤੇ ਚਲੋ ਤੁਸੀਂ ਜੁੜੇ ਵਰਕ ਸਾਹਿਬ ਤੁਹਾਡਾ ਬਹੁਤ ਧੰਨਵਾਦ ਉਮੀਦ ਕਰਦੇ ਆ ਕਿ ਬਾਕੀ ਗੱਲਾਂ ਸ਼ੁਕਰੀ ਸੋ ਬ੍ਰਿਸਬਨ ਦੇ ਨੇੜੇ ਗੋਲਡ ਕੋਸਟ ਸ਼ਹਿਰ ਹੈ ਜਿੱਥੇ ਆਸਟ੍ਰੇਲੀਆ ਦੀਆਂ ਸਿੱਖ ਖੇਡਾਂ ਹੋਈਆਂ ਸੀ ਉਹਦੇ ਨੇੜੇ ਰਹਿੰਦੇ ਨੇ ਵਰਕ ਸਾਹਿਬ ਕੰਮ ਕਰ ਐਸ ਵੇਲੇ ਬਾਬੇ ਦੀ ਕਿਰਪਾ ਦੇ ਨਾਲ ਠੀਕ ਹੈ ਵਧੀਆ ਤੇ ਸਮਾਜ ਸੇਵਾ ਦੇ ਵਿੱਚ ਵੀ ਯੋਗਦਾਨ ਪਾਉਂਦੇ ਆ ਕਿਉਂਕਿ ਮੈਂ ਤਾਂ ਪਰਖ ਕੇ ਵੇਖਿਆ ਤੇ ਇਸ ਕਰਕੇ ਮੈਨੂੰ ਸੀ ਕਿ ਹੁਣ ਜੇ ਪੰਜਾਬ ਆਏ ਆ ਤੇ ਆਪਾਂ ਜ਼ਮੀਨੀ ਹਕੀਕਤਾਂ ਦੀ ਗੱਲ ਜ਼ਰੂਰ ਕਰੀਏ 15-20 ਲੱਖ ਰੁਪਈਆ ਨਹੀਂ ਜੇ ਬਣਦਾ ਬੱਚਿਆਂ ਨੇ ਜਦੋਂ ਨਵੇਂ ਜਾਣਾ ਹੁੰਦਾ ਤੇ ਕੰਮ ਕਰਨ ਦੇ ਘੰਟੇ ਵੀ ਸੀਮਤ ਹੁੰਦੇ ਨੇ ਉਹਦੇ ਵਿੱਚ ਤਾਂ ਖਰਚਾ ਪਾਣੀ ਪੂਰਾ ਹੋ ਜਵੇ ਚਾਰ ਪੈਸੇ ਅਗਲੀ ਫੀਸ ਤੇ ਲਈ ਜੇ ਬਚਾ ਲਈਏ ਤਾਂ ਉਹੀ ਬਹੁਤ ਵੱਡੀ ਗੱਲ ਹੈ ਇਹਦੇ ਤੋਂ ਇਲਾਵਾ ਥੋੜੀ ਮਹਿੰਗਾਈ ਵੱਧ ਰਹੀ ਹੈ ਥੋੜੀ ਕਾਨੂੰਨੀ ਸਖਤੀ ਹੋ ਰਹੀ ਹੈ ਪਰ ਦੇਸ਼ ਚੰਗੇ ਨਹੀਂ ਐਸੀ ਗੱਲ ਨਹੀਂ ਹੈ ਕਿ ਭਾਈ ਉਹ ਦੇਸ਼ ਚੰਗੇ ਨਹੀਂ ਪਰ ਐਨ ਮਾਨਸਿਕ ਤੌਰ ਦੇ ਉੱਤੇ ਜ਼ਮੀਨੀ ਪੱਧਰ ਦੇ ਨਾਲ ਮੱਥਾ ਲਾ ਕੇ ਤਿਆਰੀ ਕਰਕੇ ਆਪਾਂ ਉਧਰਲੇ ਪਾਸੇ ਜਾਵਾਂਗੇ ਤਾਂ ਠੀਕ ਰਹਾਂਗੇ ਸੋ ਇੱਥੇ ਮੈਨੂੰ ਪਰਮਜੀਤ ਸਿੰਘ ਬਾਠੂਨ ਦੇ ਆਗਿਆ ਦੇਖਦੇ ਰਹਿਣਾ ਪ੍ਰਾਈਮੇਰੀ ਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ